ਹੁਣ ਬਾਪੂ ਦੇ ਪੱਲੇ ਰਹੀ ਨਾ ਪੰਜੀ, ਹੁਣ ਬਾਪੂ ਦੀ ਡੰਗਰਾਂ ਦੀ ਵੀ ਨਹੀਂ ਸੀ ਡਾਹ ਦਿੱਤੀ ਮੰਜੀ, ਹੁਣ ਬਾਪੂ ਫੜ ਲਈ ਰੱਖ ਜੀ ਖੁੰਡੀ, ਉਹ ਕਦੇ ਬਾਪੂ ਦੀ ਜਵਾਨੀ ਬੜੀ ਹੁੰਦੀ। ਬਚਪਨ ਚਲਾ ਗਿਆ, ਜਵਾਨੀ ਚਲੇ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੇ ਗਈ। ਦੋਸਤੋ, ਸੋਸ਼ਲ ਮੀਡੀਆ ਦੇ ਉੱਪਰ ਇੱਕ ਬਜ਼ੁਰਗ ਬਾਬੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਆਪਣੇ ਬੀਤ ਚੁੱਕੇ ਹੋਏ ਦਿਨਾਂ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਯਾਦ ਕਰ ਰਿਹਾ ਹੈ। ਦੱਸ ਰਿਹਾ ਹੈ ਕਿ ਜਦੋਂ ਇਨਸਾਨ ਮਤਲਬ ਬਚਪਨ ਵਿੱਚ ਹੁੰਦਾ ਹੈ, ਫਿਰ ਉਹ ਜਵਾਨੀ 'ਚ ਆਉਂਦਾ ਹੈ, ਔਰ ਜਵਾਨੀ ਤੋਂ ਬਾਅਦ ਜਦੋਂ ਬੁਢਾਪੇ ਵਿੱਚ ਆਉਂਦਾ ਹੈ, ਤੇ ਉਹੋ ਹੀ ਹਵਾ ਦੇ ਨਾਲ ਅੱਗ ਦੇ ਨਾਲ ਮੁਕਾਬਲਾ ਕਰਨ ਵਾਲਾ ਸ਼ਖਸ ਕਿਸ ਕਦਰ ਮੁਹਤਾਜ਼ ਹੋ ਜਾਂਦਾ ਹੈ। ਤੇ ਉਹ ਆਪਣੀ ਇਸ ਵਾਇਰਲ ਵੀਡੀਓ ਦੇ ਵਿੱਚ ਇਹ ਵੀ ਦੱਸਦਾ ਹੈ ਕਿ ਜੋ ਹਮੇਸ਼ਾ ਆਪਣਾ ਆਪਣਾ ਕਹਿ ਕੇ ਸਾਡੇ ਨਾਲ ਰਹਿੰਦੇ ਸਨ, ਜਦੋਂ ਬੁਢਾਪਾ ਆਉਂਦਾ ਹੈ ਤੇ ਉਹ ਲੋਕ ਕਿਸ ਕਦਰ ਮੂੰਹ ਮੋੜ ਜਾਂਦੇ ਨੇ। ਆਓ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਬਾਬੇ ਦੀ ਵੀਡੀਓ। ਦਾੜੀ 'ਚ ਆ ਗਏ ਧੌਲੀ, ਹੋ ਗਏ ਆ ਕੰਨਾਂ ਦੇ ਬੋਲੇ, ਮੂੰਹ ਦੇ ਵਿੱਚ ਰਹੇ ਨਾ ਦੰਦ, ਹੋ ਗਈ ਆ ਨਿਗਾਹ ਵੀ ਬੰਦ, ਸਰੀਰ ਦੇ ਵਿੱਚ ਰਹੀ ਨਾ ਰੱਤ, ਸੁੱਕ ਗਏ ਨੇ ਸੋਹਣੇ ਪੱਟ, ਹੱਥਾਂ ਤੇ ਪੈ ਗਏ ਵੱਟ, ਸਰੀਰ ਦੇ ਸਾਰੇ ਢਿੱਲੇ ਹੋ ਗਏ ਨੇ ਨੱਟ, ਹੁਣ ਬੂਝੇ ਆ ਹੁੰਦੇ ਨੇ ਪੀੜ, ਹੁਣ ਦੁਖਦਾ ਸਾਰਾ ਸਰੀਰ, ਹੁਣ ਅੱਖਾਂ 'ਚੋਂ ਪਾਣੀ ਵਗਦਾ, ਹੁਣ ਇਹ ਬਾਪੂ ਘਰ ਦਿਨ ਚੰਗਾ ਹੀ ਨਹੀਂ ਲੱਗਦਾ, ਹੁਣ ਬਾਪੂ ਦੇ ਪੱਲੇ ਰਹੀ ਨਾ ਪੰਜੀ, ਹੁਣ ਬਾਪੂ ਦੀ ਡੰਗਰਾਂ ਦੀ ਵੇਲੀ ਸੀ ਡਾਹ ਦਿੱਤੀ ਮੰਜੀ, ਹੁਣ ਬਾਪੂ ਫੜ ਲਈ ਰੱਖ ਜੀ ਖੁੰਡੀ, ਉਹ ਕਦੇ ਬਾਪੂ ਕਿਸੇ ਜਵਾਨੀ ਬੜੀ ਹੁੰਦੀ, ਹੁਣ ਰਹਿੰਦੇ ਸੀ ਬਾਪੂ ਖੰਘਦਾ, ਸਾਰੀ ਰਾਤ ਰਹਿੰਦਾ ਪਾਣੀ ਮੰਗਦਾ, ਹੁਣ ਗਲਾ ਬਾਪੂ ਦਾ ਸੁੱਕਦਾ ਤੇ ਸਾਰੀ ਰਾਤ ਰਹਿੰਦਾ ਥੁੱਕਦਾ, ਘਰ ਦੇ ਨੇੜੇ ਬੁੱਢਾ ਨਹੀਂ ਜੀ ਮੁੱਕਦਾ, ਦੇਖੋ ਇਹ ਕਿ ਚੱਲ ਗਿਆ ਜਾਦੂ ਹੋਏ, ਸੌ ਜੀਆਂ ਦਾ ਬਾਪੂ ਅੱਜ ਹੋ ਗਿਆ ਵਾਧੂ ਹੋਏ, ਹੁਣ ਬਾਪੂ ਦੇ ਹੋ ਗਿਆ ਜੇ ਪੂਰਾ ਤੇ ਪੁੱਤਰਾਂ ਨੇ ਮੰਨ ਲਿਆ ਭੂਰਾ, ਹੁਣ ਨੂੰਹਾਂ ਲੱਗਣ ਦੇਣ ਨਾ ਅੱਡਾ, ਕਹਿੰਦੇ ਹਾਂ ਬਾਪੂ ਨੂੰ ਕਰਨਾ ਵੱਡਾ, ਹੁਣ ਬਾਪੂ ਦਾ ਕਰਕੇ ਸੰਸਕਾਰ ਤੇ ਪੁੱਤਰਾਂ ਨਾਲ ਸੋਚਿਆ ਵਾਰ, ਪੀ ਕੇ ਫਿਰ ਚਾਹ ਦੀ ਗਲਾਸੀ, ਫਿਰ ਲੈਂਦੇ ਨੇ ਬਾਪੂ ਦੇ ਸੰਦੂਕ ਦੀ ਤਲਾਸ਼ੀ, ਫਿਰ ਫੋਲਦੇ ਨੇ ਉਹਦਾ ਸਾਰਾ ਹੀ ਅੰਦਰ, ਸੱਚੀਆਂ ਗੱਲਾਂ ਕਹਿੰਦਾ ਠਸਕਾ ਮੀਰਾਂ ਜੀ ਵਾਲਾ ਗਿੰਦਰ, ਉਹ ਜਿਉਂਦੇ ਨੂੰ ਬਾਪੂ ਨੂੰ ਪੈਂਦੇ ਹਨ ਧੱਕੇ, ਕਹਿੰਦੇ ਰੱਬੀ ਨੂੰ ਛੇਤੀ ਚੱਕੇ, ਤੇ ਹੁਣ ਮਰੇ ਨੂੰ ਖਵਾਉਂਦੇ ਨੇ ਘਿਓ, ਤੇ ਨਾਲੇ ਪੈਂਦੇ ਨੇ ਉੱਤੋਂ ਵੀ ਰੋ, ਹੁਣ ਨੂੰਹਾਂ ਵੀ ਵਹਿਣ ਪਾਉਂਦੀਆਂ, ਹੁਣ ਲੰਮੀਆਂ ਨੀ ਹਿੱਕਾਂ ਲਾਉਂਦੀਆਂ, ਹੁਣ ਰੁੰਦੀਆਂ ਨੀ ਮਾਰ ਦਵੱਥੜ, ਪਰ ਉੱਤੋਂ ਨਾ ਜਗਨ ਅੱਥਰ, ਸੁੱਕੇ ਹੀ ਰੁੰਦੀਆਂ ਨੇ, ਹੁਣ ਪੱਟਾਂ ਦੀ ਕਰਨ ਪਟਾਈ, ਤੇ ਛਾਤੀ ਦੇ ਦਰੁਬੜੀ ਲਾਈ, ਹੁਣ ਗੱਲਾਂ ਦੇ ਲਾਉਂਦੀਆਂ ਨੇ ਤੌਣੀ, ਕਹਿੰਦੇ ਹਾਏ ਵਰਤ ਗਈ ਹੋਣੀ, ਉਹ ਰੱਜ ਕੇ ਤੇ ਪੀਂਦੀਆਂ ਨੇ ਚਾਹ ਹੋਏ, ਉਹ ਰੋਟੀ ਵੀ ਲੈਂਦੀਆਂ ਰੱਜ ਕੇ ਖਾ ਹੋਏ, ਉਹ ਜਾਂਦੀਆਂ ਫਿਰ ਉਸੀ ਖਾੜੇ 'ਚ ਆ ਹੋਏ, ਫਿਰ ਉੱਥੇ ਇੱਕ ਆ ਕੇ ਵੈਨ ਚੁੱਕਦੀ, ਦੂਜੀ ਨੀ ਫਿਰ ਉੱਥੇ ਰੁਕਦੀ, ਫਿਰ ਲਾਉਂਦੀਆਂ ਨੇ ਵੱਖ ਵੱਖ ਦਰਜਾਂ, ਕਹਿੰਦੇ ਹਾਏ ਤੇਰੀ ਆਈ ਮੈਂ ਮਰ ਜਾਂ, ਫਿਰ ਵੈਨ ਪਾਉਂਦੀ, ਫਿਰ ਵੈਨ ਵੀ ਪਾਉਂਦੀਆਂ ਜਿਵੇਂ ਕੋਈ ਪਾਏ ਬੋਲੀਆਂ, ਛੱਜ ਕਿੰਦਰ ਸੀਗਾ ਤੂੰ ਕਿਹਨੂੰ ਵਿਖਾ ਦਿੰਦਾ ਨਸ਼ਿਆਂ ਦੀਆਂ ਗੋਲੀਆਂ, ਮੈਂ ਕਿਹਨੂੰ ਵਿਖਾ ਦਿੱਤੀਆਂ ਨੇ। ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ, ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ,
ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।